ਕੋਰੋਨਾ ਵਾਇਰਸ ਨੂੰ WHO ਵੱਲੋਂ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਲਗਾਤਾਰ ਇਹਦਾ ਆਤੰਕ ਵੱਧਦਾ ਜਾ ਰਿਹਾ ਹੈ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਵੀ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਪੰਜਾਬ ਦੇ ਵਿੱਚ ਵੀ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ, ਹਾਲਾਂਕਿ ਪੰਜਾਬ ਦੇ ਵਿੱਚ ਫਿਲਹਾਲ ਇੱਕ ਹੀ ਪੋਜ਼ਿਟਿਵ ਕੋਰੋਨਾ ਵਾਇਰਸ ਦਾ ਕੇਸ ਹੈ। ਅਤੇ ਕਿਸ ਤਰੀਕੇ ਨਾਲ ਅੱਗੇ ਪ੍ਰੋਸੈਸ ਚੱਲ ਰਿਹਾ ਇਹਦੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਹੈ ਡਾਇਰੈਕਟਰ ਹੈਲਥ ਸਰਵਿਸਿਜ਼ ਡਾਕਟਰ ਅਵਨੀਤ ਕੌਰ, ਗੱਲ ਕਰਦੇ ਹਾਂ। ਮੈਮ, ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦਾ ਸਵਾਗਤ ਹੈ ਤੁਹਾਡਾ। ਮੈਮ, ਕੀ ਕਹਿਣਾ ਚਾਹੋਗੇ, ਕਿਉਂਕਿ ਲਗਾਤਾਰ ਇਹਦਾ ਪ੍ਰਕੋਪ ਵੱਧ ਰਿਹਾ ਹੈ, ਪੰਜਾਬ ਦੇ ਵਿੱਚ ਵੀ ਕਿਸ ਨੂੰ ਐਪੀਡੈਮਿਕ ਘੋਸ਼ਿਤ ਕਰ ਦਿੱਤਾ ਗਿਆ? ਹਾਂਜੀ, ਇਹਦੇ ਵਿੱਚ ਅਸੀਂ ਪੂਰੀਆਂ ਪ੍ਰੀਕੋਸ਼ਨਸ ਇਸ਼ੂ ਕਰ ਦਿੱਤੀਆਂ ਨੇ, ਸਾਰੀਆਂ ਗਾਈਡਲਾਈਨਸ ਫੋਲੋ ਹੋ ਰਹੀਆਂ ਨੇ, ਸਾਰੇ ਪੈਸੇਂਜਰ ਜਿਹੜੇ ਬਾਹਰੋਂ ਆ ਰਹੇ ਨੇ ਫਲਾਈਟਸ 'ਤੇ ਸਕਰੀਨ ਹੋ ਰਹੇ ਨੇ, ਉਹਨਾਂ ਦੀ ਜਿਹੜੀ ਆਈਸੋਲੇਸ਼ਨ ਐਜ਼ ਪਰ ਦਾ ਪ੍ਰੋਟੋਕੋਲ ਕੀਤੀ ਜਾ ਰਹੀ ਹੈ, ਅਤੇ ਉਹਨਾਂ ਨੂੰ ਅਸੀਂ ਅਲੱਗ ਰੱਖ ਕੇ ਉਹਨਾਂ ਦੇ ਟੈਸਟ ਜਿਹੜਾ ਹੈਗਾ ਉਹ ਕਰ ਰਹੇ ਹਾਂ। ਇਸ ਸਾਰੇ ਐਫਰਟਸ ਕਰਕੇ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਪੋਜ਼ਿਟਿਵ ਆਇਆ, ਬਾਕੀ ਅੰਡਰ ਆਬਜ਼ਰਵੇਸ਼ਨ ਅਸੀਂ ਰੱਖੇ ਹੋਏ ਨੇ ਜਿਹੜੇ ਸਸਪੈਕਟਡ ਨੇ। ਟੋਟਲ ਕਿੰਨੇ ਸਸਪੈਕਟਡ ਹੈਗੇ? ਮੈਂ ਪੰਜਾਬ ਦੇ ਵਿੱਚ ਇਹਦੇ ਵਿੱਚ ਇਸ ਵੇਲੇ ਸਾਡੇ ਕੋਲ 14 ਹੈਗੇ ਨੇ, ਉਹਨਾਂ ਦੇ ਵਿੱਚੋਂ ਦੀ ਇੱਕ ਪੋਜ਼ਿਟਿਵ ਹੈ, ਉਹਨਾਂ ਦੇ 5 ਦੀ ਰਿਪੋਰਟ ਅਵੇਟਿਡ ਹੈ, ਬਾਕੀ ਸਾਰੇ ਨੈਗੇਟਿਵ ਨੇ। ਤੇ ਹੋਮ ਕੁਆਰੰਟਾਈਨ ਵੀ ਇਸੇ ਨੂੰ ਰੱਖਿਆ ਗਿਆ? ਹੋਮ ਕੁਆਰੰਟਾਈਨ ਉਹਨਾਂ ਨੂੰ ਕਰਦੇ ਹਾਂ ਜਿਹੜੇ ਸਿਮਟੋਮੈਟਿਕ ਨਹੀਂ ਹੁੰਦੇ, ਜਿਨ੍ਹਾਂ 'ਚ ਕੁਛ ਵੀ ਨਹੀਂ ਹੁੰਦਾ ਪਰ ਉਹਨਾਂ ਦੀ ਹਿਸਟਰੀ ਹੁੰਦੀ ਹੈ ਟਰੈਵਲ ਦੀ ਪਿਛਲੇ 14 ਦਿਨਾਂ ਦੇ ਵਿੱਚ, ਉਹਨਾਂ ਨੂੰ ਅਸੀਂ ਘਰ ਦੇ ਵਿੱਚ ਰੋਜ਼ ਚੈੱਕਅਪ ਕਰਦੇ ਹਾਂ ਫੋਨ ਨਾਲ, ਉਹਨਾਂ ਦਾ ਫੋਲੋਅਪ ਕਰਾਉਂਦੇ ਹਾਂ ਹੋਮ ਕੁਆਰੰਟਾਈਨ ਵਾਲਿਆਂ ਦਾ। ਅਤੇ ਮੈਮ, ਛੁੱਟੀਆਂ ਦੀ ਗੱਲ ਕਰੀਏ ਕਿ ਅਫਸਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਕਿਸ ਤਰੀਕੇ ਨਾਲ ਪੂਰਾ ਜਿਹੜਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਉਹਦੇ ਰਿਗਾਰਡਿੰਗ? ਹਾਂ, ਹੁਣ ਇਸ ਵੇਲੇ ਸਾਡੀਆਂ ਜਿਹੜੀਆਂ ਛੁੱਟੀਆਂ ਨੇ ਸਾਰੇ ਹੈਲਥ ਡਿਪਾਰਟਮੈਂਟ ਵੱਲੋਂ ਅਸੀਂ ਸਾਰਿਆਂ ਦੀਆਂ ਰੱਦ ਕਰ ਦਿੱਤੀਆਂ, ਅਨਲੈਸ ਕਿ ਕਿਸੇ ਦੀ ਕੋਈ ਐਮਰਜੈਂਸੀ ਹਾਲਾਤ ਬਣਦੇ ਨੇ, ਬਾਕੀ ਸਾਰੇ ਇੰਪਲੋਈਜ਼ ਸਾਡੇ ਕੰਮ ਕਰ ਰਹੇ ਨੇ। ਅਤੇ ਮੈਮ, ਜਿਹੜਾ ਇਹ ਕੋਰੋਨਾ ਵਾਇਰਸ ਹੈਗਾ ਇਹਦਾ ਪ੍ਰਕੋਪ ਲਈ ਸਿਰਫ ਸਭ ਤੋਂ ਵੱਡੀ ਇੱਕ ਅਵੇਅਰਨੈਸ ਹੈਗੀ ਹੈ, ਲੋਕਾਂ ਨੂੰ ਅਵੇਅਰ ਕਰਨ ਲਈ ਕੀ ਉਪਰਾਲੇ ਹੋਰ ਕੀਤੇ ਜਾ ਰਹੇ ਹਨ? ਸਾਰੇ ਜਿਹੜੇ ਸਾਰੇ IEC ਐਕਟੀਵਿਟੀਜ਼ ਨਾਲ ਐਡਵਾਈਜ਼ਰੀਜ਼ ਇਸ਼ੂ ਕਰ ਦਿੱਤੀਆਂ ਗਈਆਂ ਨੇ। ਇੱਥੇ ਅਸੀਂ ਸਾਰੇ ਡਿਪਾਰਟਮੈਂਟ ਜਿਹੜੇ ਮੇਨ ਹੁੰਦੇ ਨੇ ਲੋਕਲ ਬੋਡੀਜ਼ ਦੇ, ਪੁਲਿਸ ਵਾਲੇ, ਉਹਨਾਂ ਦੀ ਟ੍ਰੇਨਿੰਗ ਵੀ ਕਰ ਦਿੱਤੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਪ੍ਰੀਕੋਸ਼ਨਸ ਲੈਣੀਆਂ ਦੱਸਣੀਆਂ ਨੇ, ਅਤੇ ਕਿਸ ਤਰ੍ਹਾਂ ਉਹਨਾਂ ਨੇ ਅੱਗੋਂ ਆਪਣੇ ਆਪ ਵਾਸਤੇ ਪ੍ਰੀਕੋਸ਼ਨਸ ਲੈਣੀਆਂ ਨੇ, ਕੀ ਫੋਲੋ ਕਰਨ ਵਾਲੇ ਡੂਜ਼ ਐਂਡ ਡੋਂਟਸ ਹੈ ਉਹ ਸਾਰੇ ਕਰ ਦਿੱਤੇ ਗਏ ਨੇ। ਮੈਮ, ਸਕੂਲਾਂ ਲਈ ਵੀ ਕੋਈ ਹਿਦਾਇਤ ਹੈ? ਜਿਵੇਂ ਦਿੱਲੀ ਦੇ ਵਿੱਚ 31 ਮਾਰਚ ਤੱਕ ਜਿਹੜੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ, ਕਾਲਜ ਬੰਦ ਕਰ ਦਿੱਤੇ, ਕੋਈ ਇਸ ਤਰ੍ਹਾਂ ਦੀ ਹਿਦਾਇਤ ਪੰਜਾਬ ਦੇ ਵਿੱਚ ਵੀ ਦਿੱਤੀ ਜਾ ਰਹੀ ਹੈ? ਸਕੂਲ ਦੇ ਵਿੱਚ ਐਡਵਾਈਜ਼ਰੀਜ਼ ਇਸ਼ੂਜ਼ ਹੋ ਗਈਆਂ ਨੇ, ਉਹਨਾਂ ਨੂੰ ਫੋਲੋ ਕਰਾਉਣ ਵਾਸਤੇ ਅਸੀਂ ਉਹਦੇ ਸਕੂਲ ਵਾਲਿਆਂ ਦੀ ਵੀ ਟ੍ਰੇਨਿੰਗ ਜਿਹੜੀ ਹੈ ਨਾਲ ਅਵੇਅਰਨੈਸ ਵਾਸਤੇ ਕਰ ਦਿੱਤੀ ਹੈ ਹਜੇ। ਮੈਮ, ਕਰਾਊਡਿਡ ਏਰੀਆ 'ਤੇ ਲੋਕਾਂ ਨੂੰ ਜਾਣ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ, ਜਿਵੇਂ ਸਿਨੇਮਾ ਘਰ ਵਗੈਰਾ ਹੈ, ਉੱਥੇ ਵੀ ਕੁਛ ਇਸ ਤਰ੍ਹਾਂ ਦੀ ਐਡਵਾਈਜ਼ ਜਾਰੀ ਕੀਤੀ ਗਈ ਹੈ? ਦਿੱਲੀ ਦੇ ਵਿੱਚ ਸਿਨੇਮਾ ਘਰ ਬੰਦ ਕਰ ਦਿੱਤੇ ਗਏ, ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਹਦਾਇਤ ਹੈਗੀ? ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਜ਼ਿਆਦਾ ਜਿਹੜੇ ਕਰਾਊਡਸ ਹੈਗੇ ਨੇ ਉਹ ਅਵੋਇਡ ਕੀਤੇ ਜਾਣ, ਮਾਸ ਗੈਦਰਿੰਗਸ ਅਵੋਇਡ ਕੀਤੀਆਂ ਜਾਣ, ਜਿਹੜੇ ਫੰਕਸ਼ਨਸ ਔਰਗਨਾਈਜ਼ ਕੀਤੇ ਨੇ ਉੱਥੇ ਜ਼ਿਆਦਾ ਲੋਕ ਇਕੱਠੇ ਨਾ ਹੋਣ, ਇਹੀ ਪ੍ਰੀਵੈਂਸ਼ਨ ਦਾ ਇਹਦਾ ਹੈਗਾ ਤਰੀਕਾ। ਕੋਈ ਹਦਾਇਤਾਂ ਨਹੀਂ ਹੈ ਕਿ ਜਿਵੇਂ ਹਲੇ ਬੰਦ ਕਰਾਉਣ ਦੀ ਹਲੇ ਕੋਈ ਹਦਾਇਤ? ਬੰਦ ਕਰਨ ਦੀਆਂ ਵਿਚਾਰ ਅਧੀਨ ਹੈ, ਜਦੋਂ ਸਾਨੂੰ ਲੋੜ ਲੱਗੇਗੀ ਇਹ ਬੰਦ ਕਰਨ ਦੇ ਡਿਸਕਸ ਕਰ ਲਿਆ ਜਾਏ। ਮੈਮ, ਇੱਕ ਰਾਜਪੁਰਾ ਦੇ ਵਿੱਚ ਵੀ ਟੈਸਟ ਕਿਹਾ ਗਿਆ ਸੀਗਾ ਕਿ ਜਿਹੜੇ ਦਿੱਲੀ ਤੋਂ ਬੱਸਾਂ ਆ ਰਹੀਆਂ ਉਹਨਾਂ ਦੀ ਉੱਥੇ ਇੱਕ ਲੈਬੋਰਟਰੀ ਬਣਾਈ ਜਾ ਰਹੀ ਹੈ, ਜਾਂ ਹੋਰ ਵੀ ਕੋਈ ਲੈਬੋਰਟਰੀ ਬਣਾਈ ਗਈ ਹੈ, ਇਸਟੈਬਲਿਸ਼ ਕੀਤੀ ਗਈ ਹੈ ਨਵੀਂ? ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਬਾਹਰ ਵਾਲੇ ਜਿਹੜੇ ਮੁਲਕ ਦੇ ਹੈਗੇ ਨੇ, ਕਈ ਬੱਸ ਕਾਫੀ ਪਾਪੂਲਰਲੀ ਉੱਥੋਂ ਏਅਰਪੋਰਟ ਤੋਂ ਚੱਲਦੀ ਹੈ, ਉਹ ਰਾਜਪੁਰਾ ਆ ਕੇ ਰੁਕਦੀਆਂ ਨੇ ਥੋੜ੍ਹੇ ਦੇਰ ਲਈ, ਉੱਥੇ ਵੀ ਅਸੀਂ ਟੀਮਸ ਬਿਠਾਈਆਂ ਨੇ ਜਿਹੜੇ ਸਕਰੀਨਿੰਗ ਕਰਦੇ ਨੇ, ਉਹਨਾਂ ਦੀ ਰਿਪੋਰਟਿੰਗ ਕਰਦੇ ਨੇ, ਜੇ ਉੱਥੋਂ ਕੋਈ ਸਿਮਟਮਸ ਹੁੰਦੇ ਨੇ ਉਹਨਾਂ ਦੀ ਆਈਸੋਲੇਸ਼ਨ ਕਰਕੇ ਟੈਸਟ ਵੀ ਉੱਥੇ ਹੀ ਲਏ ਜਾਂਦੇ ਨੇ ਰੋਜ਼ਾਨਾ ਡੇ ਟੂ ਡੇ ਬੇਸਿਸ 'ਤੇ? ਉਹਦੇ ਵਿੱਚ ਹਾਂਜੀ, ਰੋਜ਼ ਉਹਦੇ ਵਿੱਚ ਰਿਵਿਊ ਹੁੰਦਾ, ਜਿਹੜੇ ਵੀ ਮਰੀਜ਼ ਉੱਥੇ, ਜਿਹੜੇ ਵੀ ਪੈਸੇਂਜਰਸ ਉੱਥੇ ਆਉਂਦੇ ਨੇ ਉਹਨਾਂ ਸਾਰਿਆਂ ਦੀ ਸਕਰੀਨਿੰਗ ਹੋ ਰਹੀ ਹੈ। ਮੈਮ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਕਿ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਐਡਵਾਈਸ ਹੈ ਲੋਕਾਂ ਨੂੰ ਕਿ ਘੱਟ ਤੋਂ ਘੱਟ ਜਿਵੇਂ ਦੱਸਿਆ ਕਿ ਕਰਾਊਡਿਡ ਏਰੀਆ ਤੋਂ ਬਚਣ, ਇਸ ਤੋਂ ਇਲਾਵਾ ਹੋਰ ਕਿਹੜੀ ਐਡਵਾਈਸ ਹੈ ਜਿਸ ਨਾਲ ਲੋਕ ਆਪਣੇ ਆਪ ਨੂੰ ਇਸ ਕੋਰੋਨਾ ਵਾਇਰਸ ਤੋਂ ਬਚਾਅ ਕਰ ਸਕਦੇ? ਇਹਦੇ ਵਾਸਤੇ ਜਿਹੜੇ ਹੈ ਕਰਾਊਡਿਡ ਏਰੀਆ ਅਵੋਇਡ ਕਰੋ, ਜੇ ਕਿਸੇ ਨੂੰ ਸਿਮਟਮਸ ਨੇ ਉਹ ਬਾਹਰ ਲੋਕਾਂ ਦੀ ਭੀੜ ਵਿੱਚ ਨਾ ਜਾਵੇ, ਹੈਂਡਸ਼ੇਕ ਜਿਹੜਾ ਅਸੀਂ ਨੋਰਮਲ ਕਰਦੇ ਹਾਂ ਜਾਂ ਜੱਫੀ ਪਾਉਂਦੇ ਹਾਂ ਉਹਨੂੰ ਅਵੋਇਡ ਕੀਤਾ ਜਾਵੇ, ਜਿਹੜਾ ਆਪਣਾ ਕਲਚਰਲੀ ਸਤਿ ਸ਼੍ਰੀ ਅਕਾਲ ਵਾਲਾ ਹੁੰਦਾ ਹੈ ਉਹ ਅਭਿਨੰਦਨ ਕੀਤਾ ਜਾਵੇ, ਜਿਹੜੇ ਹੱਥ ਜਿਹੜੇ ਨੇ ਵਾਰ ਵਾਰ ਸਾਬਣ ਪਾਣੀ ਨਾਲ ਧੋਏ ਜਾਣ, ਤਾਂ ਕਿ ਸਰਫੇਸ 'ਤੇ ਜੇ ਕਿਧਰੇ ਹੱਥ ਲੱਗਦੇ ਨੇ ਉੱਥੇ ਵੀ ਅਵੋਇਡ ਕੀਤਾ ਜਾਵੇ, ਜ਼ਿਆਦਾ ਟੱਚਿੰਗ ਜਿਹੜੀ ਨਹੀਂ ਲੋੜ ਹੱਥਾਂ ਨੂੰ ਕਿਸੇ ਵੀ ਚੀਜ਼ ਦੀ ਉਹ ਅਵੋਇਡ ਕੀਤੀ ਜਾਵੇ, ਅਤੇ ਦਿਨ 'ਚ ਇਹ ਬਣਾ ਲਓ ਆਪਣਾ ਰੂਟੀਨ ਕਿ ਵਾਰ ਵਾਰ ਹੱਥ ਧੋਏ ਜਾਣ, ਜਾਂ ਜੇ ਨਹੀਂ
अवेलेबल ਹੁੰਦਾ ਤੇ ਕਈ ਵਾਰੀ ਸੈਨੇਟਾਈਜ਼ਰ ਯੂਜ਼ ਕਰ ਸਕਦੇ ਨੇ ਪਰ ਸਾਬਣ ਪਾਣੀ ਨਾਲ ਹੱਥ ਜ਼ਰੂਰ ਧੋਣੇ ਬਣਾਏ ਜਾਣ ਆਪਣਾ ਰੂਟੀਨ। ਬਿਲਕੁਲ ਇਹ ਸੀਗੇ ਡਾਕਟਰ ਅਵਨੀਤ ਕੌਰ ਜਿਨ੍ਹਾਂ ਨੇ ਸਾਫ ਦੱਸਿਆ ਕਿ ਕਿਵੇਂ ਆਪਣੇ ਆਪ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਇਆ ਜਾ ਸਕਦਾ ਹੈ। ਭੀੜ ਭਾੜ ਵਾਲੇ ਇਲਾਕਾ ਤੋਂ ਖੁਦ ਨੂੰ ਜਾਣ ਤੋਂ ਰੋਕੋ, ਕਿਸੇ ਨਾਲ ਹੱਥ ਨਾ ਮਿਲਾਓ ਅਤੇ ਛੋਟੀ ਛੋਟੀ ਗੱਲਾਂ ਹੈ ਜਿਸ ਨਾਲ ਅਸੀਂ ਇਸ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾਂ। ਅਤੇ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਜਾਗਰੂਕਤਾ ਹੋਣੀ ਬੇਹੱਦ ਜ਼ਰੂਰੀ ਹੈ। ਜਾਗਰੂਕਤਾ ਦੇ ਨਾਲ ਹੀ ਅਸੀਂ ਸਾਰਿਆਂ ਦਾ ਬਚਾਅ, ਆਪਣਾ ਅਤੇ ਸਾਰਿਆਂ ਦਾ ਬਚਾਅ ਕਰ ਸਕਦੇ ਹਾਂ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648।